ਸਤਿ ਸ਼੍ਰੀ ਅਕਾਲ ਪੰਜਾਬੀਓ hope ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਗੱਲ ਕਰਦੇ ਆ ਧਰਮ ਪਰਿਵਰਤਨ ਦੀਆਂ ਜਿਹੜੀਆਂ ਬਹੁਤ ਸਾਰੀਆਂ ਲਹਿਰਾਂ ਉੱਠੀਆਂ ਤੇ ਜਿਹੜੀਆਂ ਉਹਨਾਂ ਦੇ ਖਿਲਾਫ ਲੋਕੀ ਉੱਠੇ ਨੇ ਉਹਨਾਂ ਦੇ ਬਾਰੇ ਵਿੱਚ ਜਦੋਂ ਅਮਰਤਪਾਲ ਆਇਆ ਸੀ ਤੇ ਸਾਡੇ ਪੰਜਾਬ ਦੇ ਵਿੱਚ ਜ਼ਿਆਦਾ ਲਹਿਰ ਉਦੋਂ ਸ਼ੁਰੂ ਹੋਈ ਸੀ ਕਿ ਇਸਾਈ ਧਰਮ ਦੇ ਵਿੱਚ ਬਹੁਤ ਸਾਰੇ ਇਸਾਈ ਬਣਾਈ ਜਾ ਰਹੇ ਨੇ ਇਦਾਂ ਉਦਾਂ ਤੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਉਹ ਇਸਾਈ ਧਰਮ ਵਾਲੀ ਨਹੀਂ ਹੈ ਕਿ ਫਸਟ ਆਫ ਆਲ ਚਲੋ ਅਮਰਿਤਪਾਲਾ ਜੰਦਰ ਹੈਗਾ ਜਾਂ ਹੋ ਸਕਦਾ ਉਹ ਵੀ ਜਦੋਂ ਕਹਿੰਦਾ ਸੀ ਕਿ ਮੈਨੂੰ ਇਸਾਈ ਧਰਮ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਬਟੇ ਸਾਡੇ ਲੋਕਾਂ ਨੂੰ ਲਾਲਚ ਦੇ ਕੇ ਇਸਾਈ ਨਾ ਬਣਾਣ ਨਹੀਂ ਚੰਗਾ ਲੱਗਦਾ ਔਰ ਸਾਡੇ ਲੋਕਾਂ ਨੂੰ ਵੀ ਉਹ ਕਹਿੰਦਾ ਸੀ ਕਿ ਇਦਾਂ ਨਾ ਕਰੋ ਕਿ ਲਾਲਚ ਦੇ ਵਿੱਚ ਕੋਈ ਵੀ ਧਰਮ ਨੂੰ ਨਾਪ ਨਾ ਉਹ ਆਪਣੇ ਆਪਣੇ ਧਰਮ ਦੀ ਜਿਹੜੀ ਹੈ ਉਹ ਰਿਸਪੈਕਟ ਕਰੋ ਕੋਨ ਗੱਲ ਨਹੀਂ ਹੈ ਕਿ ਕੱਲੇ ਪੰਜਾਬ ਦੀ ਗੱਲ ਨਹੀਂ ਹੈਗੀ ਜਿਹੜਾ ਇਹ ਈਸਾਈ ਧਰਮ ਨੂੰ ਅਪਣਾਉਣ ਵਾਸਤੇ ਜਿਹੜਾ ਫੋਰਸ ਕੀਤਾ ਜਾਂਦਾ ਹੈ ਇਹ ਹੀ ਪੂਰੇ ਇੰਡੀਆ ਦੇ ਕੋਨੇ-ਕੋਨੇ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਇਵਨ ਕਿ ਨੈਸ਼ਨਲ ਜਿਹੜੇ ਨਿਊਜ਼ ਚੈਨਲ ਹੈਗੇ ਨੇ ਉਹ ਵੀ ਬਹੁਤ ਰੌਲਾ ਪਾ ਰਹੇ ਨੇ ਔਰ ਲੋਕੀ ਸਾਹਮਣੇ ਵੀ ਆ ਰਹੇ ਨੇ ਕਿ ਜਿਨ੍ਹਾਂ ਨੂੰ ਫੋਰਸ ਕੀਤਾ ਜਾ ਰਿਹਾ ਕੁਛ ਨਾ ਕੁਛ ਲਾਲਚ ਦੇ ਕੇ ਜਾਂ ਫਿਰ ਉਹਨਾਂ ਦੀ ਸਿਹਤ ਨੂੰ ਠੀਕ ਕਰਕੇ ਤੇ ਉਹ ਫਿਰ ਬਾਅਦ ਵਿੱਚ ਉਹਨਾਂ ਨੂੰ ਫੋਰਸ ਕਰਦੇ ਨੇ ਅਰੇ ਗੱਲ ਇੱਥੇ ਇਹ ਹੈ ਕਿ ਇਸਾਈ ਧਰਮ ਜਿਹੜਾ ਇਹ ਫੋਰਸ ਕਰ ਰਿਹਾ ਇਹ ਉਹ ਅਸਲੀ ਇਸਾਈ ਧਰਮ ਜਾਂ ਕਰਸਨੈਲਟੀ ਜਣੀ ਨਹੀਂ ਹੈਗੀ ਸੋ ਤੁਸੀਂ ਦੇਖਿਆ ਹੋਵੇਗਾ ਕਿ Hindu ਧਰਮ ਦੇ ਵਿੱਚ ਵੀ ਇਹੋ ਜਿਹਾ ਕੋਈ ਇਨਸਾਨ ਨਹੀਂ ਹੈਗਾ ਜੋ Hindu ਧਰਮ ਨੂੰ ਗਰੋ ਕਰ ਰਿਹਾ ਹੋਵੇ ਜਿਹੜੇ ਵੀ ਸਾਧੂ ਸੰਤ ਜਿਹੜੇ Hindu ਧਰਮ ਦੇ ਵਿੱਚ ਵੀ ਅੱਛੇ ਹੈਗੇ ਨੇ ਤੁਸੀਂ ਦੇਖੋ ਉਹਦੇ ਚ ਕੋਈ ਸਿੱਖ ਜਾਏਗਾ ਤੇ ਉਹਨਾਂ ਨੂੰ ਸਿੱਖਾਂ ਨੂੰ ਕਹਿੰਦੇ ਨੇ ਕਿ ਧਿਆਨ ਗੁਰੂ ਨਾਨਕ ਦੇਵ ਜੀ ਦਾ ਕਰੋ ਸੋ ਮੈਨੂੰ ਲੱਗਦਾ ਕਿ ਜੇ ਸਾਡੇ ਕੋਲ ਵੀ ਕੋਈ ਅਸਲੀ ਹਿੰਦੂ ਆਉਂਦਾ ਅਤੇ ਸਾਡੇ ਵੀ ਜਿਹੜੇ ਮਹਾਪੁਰਖ ਹੈਗੇ ਨੇ ਉਹ ਉਹਨਾਂ ਨੂੰ ਆਪਣੇ ਗੁਰੂ ਦਾ ਧਿਆਨ ਕਰਨ ਨੂੰ ਕਹਿੰਦੇ ਨੇ ਨਾ ਕਿ ਉਹਨਾਂ ਨੂੰ ਕਹਿੰਦੇ ਨੇ ਕਿ ਤੂੰ ਬਈ ਅਸੀਂ ਤੈਨੂੰ ਲਾਲਚ ਦੇਣੀ ਆ ਤਾਂ ਤੂੰ ਸਿੱਖ ਬਣ ਹਾਂ ਕੋਈ ਆਪਣੀ ਮਰਜ਼ੀ ਦੇ ਨਾਲ ਇਹ ਚੀਜ਼ਾਂ ਕਰਦਾ ਸਿੱਖ ਬਣਦਾ ਜਾਂ ਹਿੰਦੂ ਬਣਦਾ ਤੇ ਉਹ ਉਹ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਹੋ ਸਕਦਾ ਹੈ ਕਿ ਸਾਡੀਆਂ ਪਿਛਲੀਆਂ ਜਣੀਆਂ ਇਹੋ ਜਿਹੀਆਂ ਰੂਚੀਆਂ ਹੋਣ ਜਾਂ ਫਿਰ ਅਸੀਂ ਸਾਡੀ ਕੋਈ ਕਹਿ ਸਕਦੇ ਕਿ ਪਿਛਲੇ ਜਨਮ ਦਾ ਕੋਈ ਲਿਖਾ ਜੋਖਾ ਹੋਵੇ ਤੇ ਅਸੀਂ ਅਸੀਂ ਇੱਕ ਦੂਜੇ ਦੇ ਨਾਲ ਜਿਹੜਾ ਆ ਪ੍ਰਭਾਵਿਤ ਹੋ ਜਾਂਦੇ ਆ ਪਰ ਮੋਸਟਲੀ ਇਦਾਂ ਨਹੀਂ ਹੁੰਦਾ ਹੈਗਾ ਔਰ ਜਿਹੜੇ ਤੁਸੀਂ ਸੋਚ ਰਹੇ ਹੋ ਵੀ ਧਰਮ ਪ੍ਰਚਾਰ ਉਹ ਸਭ ਤੋਂ ਜ਼ਿਆਦਾ ਤਾਂ ਮੋਦੀ ਕਰ ਰਿਹਾ ਹੈਗਾ Hindu ਧਰਮ ਦਾ ਪ੍ਰਚਾਰ ਪਰ ਉਹ Hindu ਧਰਮ ਦਾ ਪ੍ਰਚਾਰ ਨਹੀਂ ਕਰ ਰਿਹਾ ਉਹ ਕੂੜ ਪ੍ਰਚਾਰ ਕਰ ਰਿਹਾ ਹੈ ਤੇ ਉਹੋ ਜਿਹੇ ਦੋ ਤਿੰਨ ਬਾਬੇ ਵੀ ਹੈਗੇ ਆ ਤੁਹਾਨੂੰ ਪਤਾ ਹੈ ਕਿ ਉਹ ਵੀ ਫਰਾਕਾ ਪਾ ਕੇ ਤੇ ਬਾਲ ਕੁੰਡਲੇ ਕਰਕੇ ਤੇ ਉਹ ਵੀ ਸਾਨੂੰ ਦੱਸਦੇ ਆ ਕਿ ਅਸੀਂ ਹਿੰਦੂ ਦੇਸ਼ ਬਣਾਣਾ ਹੈ ਪਰ ਇਹੋ ਜਿਹਾ ਕੋਈ ਉਹਦੇ ਵਿੱਚ ਹਿੰਦੂਤਵ ਵਾਲੀ ਕੋਈ ਚੀਜ਼ ਨਹੀਂ ਹੈਗੀ ਉਹ ਖਾਲੀ ਕੁਰਸੀਆਂ ਤੇ ਬਹਿ ਕੇ ਉਹਨਾਂ ਨੂੰ ਸ਼ਾਇਦ ਕੋਈ ਇਹੋ ਜਿਹਾ ਕਾਲਾ ਮੰਤਰ ਮਿਲਿਆ ਹੋਇਆ ਹੈ ਲੋਕਾਂ ਨੂੰ ਮੋਹਣ ਦਾ ਜਾਂ ਫਿਰ ਉਹ ਜਿਹੜੇ ਪੰਜਾਬ ਦੇ ਵਿੱਚ ਤਾਂ ਅੱਜ ਕੱਲ ਆਮ ਹੀ ਇੱਕ ਚੀਜ਼ ਦਿਖਾਉਂਦੇ ਨੇ ਕਿ ਇਹ ਸਾਰੀਆਂ ਹੱਥ ਦੀਆਂ ਕਰਾਮਾਤਾ ਹੈਗੀਆਂ ਆ ਕਿ ਤੁਸੀਂ ਕਿਸੇ ਨੂੰ ਪਿਉਸ਼ ਕਰ ਸਕਦੇ ਹੋ ਤੜਫਾ ਸਕਦੇ ਹੋ ਮਾਰ ਸਕਦੇ ਹੋ ਜਾਂ ਕਿਸੇ ਦੀ ਦਿਲ ਦੀ ਜਿਹੜੀ ਇੱਛਾ ਜਾਣ ਸਕਦੇ ਹੋ ਫਿਊਚਰ ਜਾਣ ਸਕਦੇ ਹੋ ਪਾਸਟ ਜਾਣ ਸਕਦੇ ਹੋ ਸੋ ਇਹ ਸਾਰਾ ਕੁਝ ਸਾਹਮਣੇ ਆ ਚੁੱਕਾ ਹੈ ਕਿ ਜੋ ਉਹ ਬਾਬੇ ਫਰਾਕਾ ਵਾਲੇ ਕਰ ਰਹੇ ਨੇ ਇਹੋ ਜਿਹਾ ਇਹੋ ਜਿਹਾ ਕੋਈ ਕਾਰਨਾਮਾ ਨਹੀਂ ਹੈਗਾ ਕਿ ਜੋ ਕਿਸੇ ਵੀ ਧਰਮ ਦੇ ਵਿੱਚ ਚਮਤਕਾਰ ਕਰਕੇ ਜਿਨਾਂ ਨੂੰ ਕਿਹਾ ਦਿਖਾਇਆ ਜਾਵੇ ਸੋ ਕੋਈ ਧਰਮ ਇਹੋ ਜਿਹੀ ਸਿੱਖਿਆ ਵੀ ਨਹੀਂ ਦਿੰਦਾ ਕਿ ਤੁਸੀਂ ਚਮਤਕਾਰ ਕਰੋ ਤੇ ਸਗੋਂ ਕਿ ਇਹ ਕਹਿੰਦੇ ਕਿ ਆਪਣੇ ਆਪ ਤੇ ਸੰਭਾਲ ਕੇ ਰੱਖੋ ਅਗਰ ਕਿਸੇ ਕਿਉਂਕਿ ਮੇਨ ਚੀਜ਼ ਕੀ ਹੈਗੀ ਕਿ ਤੁਸੀਂ ਕੁਦਰਤ ਦੇ ਕਾਨੂੰਨ ਨੂੰ ਨਾ ਛੇਡੋ ਤੇ ਅਸੀਂ ਜਿਨ੍ਹਾਂ ਨੂੰ ਕਹਿ ਰਹੇ ਅਗੇ ਧਰਮ ਦਾ ਪ੍ਰਚਾਰ ਕਰ ਰਹੇ ਨੇ ਉਹ ਕੂੜ ਪ੍ਰਚਾਰ ਕਰ ਰਹੇ ਨੇ ਉਹ ਕੋਈ ਨਾ ਕੋਈ Hindu ਧਰਮ ਵਾਲਾ ਸਹੀ ਕਰ ਰਿਹਾ ਨਾ ਕੋਈ Sikh ਧਰਮ ਵਾਲਾ ਸਹੀ ਕਰ ਰਿਹਾ ਤੇ ਨਾ ਹੀ ਫਿਰ Christian ਵਾਲਾ ਸਹੀ ਕਰ ਰਿਹਾ ਹੁਣ ਅਸੀਂ ਜਿਹਨਾਂ ਦੇਸ਼ਾਂ ਦੇ ਵਿੱਚ ਵੱਸਦੇ ਆ ਇਹ Christian ਦੇਸ਼ ਹੈਗੇ ਨਹੀਂ ਇਹਨਾਂ ਦੇ ਵਿੱਚ ਹੋਰ ਵੀ ਛੋਟੇ-ਛੋਟੇ ਧਰਮ ਜੋ ਉਹ ਦੇਸ਼ਾਂ ਦੇ ਆਪਣੇ ਹੈਗੇ ਨਹੀਂ ਜਾਂ ਫਿਰ ਆਪਣੇ ਬਣਾਏ ਹੋਏ ਧਰਮ ਨੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਕੋਈ ਚਰਚ ਜਾਂਦਾ ਆ ਨਹੀਂ ਜਾਂਦਾ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਹਾਂ ਇੱਥੇ ਵੀ ਸਾਡੇ ਕੋਲ ਆਉਂਦੇ ਨੇ ਕਿ ਤੁਸੀਂ ਇਹ ਨਹੀਂ ਕਹਿੰਦੇ ਕਿ 크ਿਸਚਨ ਬਣੋ ਸਾਨੂੰ ਕਹਿੰਦੇ ਨੇ ਕਿ ਤੁਹਾਡੇ ਕੋਲ ਟਾਈਮ ਹੈਗਾ 2 ਮਿੰਟ ਅਗਰ ਅਸੀਂ ਬੈਠ ਜਾਈਏ ਤੇ ਸਾਨੂੰ ਪੁੱਛਦੇ ਆ ਆਪਣਾ ਦੱਸਦੇ ਔਰ ਉਹ ਕਹਿਣਾ ਚਾਹੁੰਦੇ ਕਿ ਪਰਮਾਤਮਾ ਇੱਕ ਹੈ ਤੇ ਉਹ ਤੁਹਾਨੂੰ ਸਾਰਿਆਂ ਨੂੰ ਦੇਖ ਰਿਹਾ ਹੈ ਔਰ ਉਹ ਆਪਣਾ ਜਿਹੜਾ ਸਪੇਅਰ ਟਾਈਮ ਖੱਡ ਕੇ ਆਉਂਦੇ ਆ ਜੇ ਉਹਨਾਂ ਨੂੰ ਅਸੀਂ ਆਪਣੇ ਧਰਮ ਦੀਆਂ ਗੱਲਾਂ ਦੱਸਦੇ ਹਾਂ ਤਾਂ ਉਹ ਬਹੁਤ ਖੁਸ਼ ਹੁੰਦੇ ਆ ਉਹ ਨਿਰਾਸ਼ ਹੋ ਕੇ ਨਹੀਂ ਜਾਂਦੇ ਕਿ ਤੁਸੀਂ ਸਾਡੀ ਸਾਡੇ ਧਰਮ ਦੀ ਗੱਲ ਨਹੀਂ ਸੁਣੀ ਜਾਂ ਅਪਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਹਿਲੀ ਗੱਲ ਨੂੰ ਧਰਮ ਅਪਣਾਉਣ ਦੀ ਗੱਲ ਵੀ ਨਹੀਂ ਕਹਿੰਦੇ ਬਹੁਤ ਸੁਲਝੇ ਹੋਏ ਤਰੀਕੇ ਨਾਲ ਦੱਸਦੇ ਆ ਕਿ ਜੇ ਕੋਈ ਨਾਸਤਿਕ ਬੰਦਾ ਹੈਗਾ ਤਾਂ ਉਹ ਰੱਬ ਨੂੰ ਯਾਦ ਕਰੇ ਰੱਬ ਦਾ ਸ਼ੁਕਰ ਕਰੇ ਜੀ ਉਹਨੂੰ ਕੋ ਸਾਰਾ ਕੁਝ ਹੈ ਗਿਆ ਪਰ ਜੋ ਇੰਡੀਆ ਦੇ ਵਿੱਚ ਹੋ ਰਿਹਾ ਹੈ ਉਹ ਤੇ ਹੈਗਾ ਨਾ ਵੀ ਤੁਸੀਂ ਠੀਕ ਹੋ ਜਾਓ ਤੁਸੀਂ ਬਿਮਾਰ ਹੋ ਤੇ ਠੀਕ ਹੋ ਜਾਓਗੇ ਤੁਸੀਂ ਰੱਬ ਵੱਲ ਆਓ ਤੁਸੀਂ ਗਰੀਬ ਹੋ ਤਾਂ ਅਮੀਰ ਹੋ ਜਾਓਗੇ ਤੁਹਾਡੇ ਕੋਲ ਖਾਣਾ ਨਹੀਂ ਹੈ ਤਾਂ ਤੁਹਾਨੂੰ ਉਹ ਦਿੰਨੇ ਆ ਤੁਸੀਂ ਲੰਗਰ ਲਾ ਲਓ ਨਾ ਫਿਰ ਐਵੇਂ ਕਿਉਂ ਕਹਿੰਦੇ ਕਿਉਂਕਿ ਲੰਗਰ ਸਰਬਤ ਵਾਸਤੇ ਲੱਗਦਾ ਹੈ ਜੋ ਕਿ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ ਪਰ ਸਾਰਿਆਂ ਨੂੰ ਹੀ ਪਤਾ ਆ ਔਰ ਪੂਰੀ ਕੁਲ ਦੁਨੀਆ ਦੇ ਵਿੱਚ ਜਿਹੜਾ ਆ ਲੰਗਰ ਦਾ ਪ੍ਰਚਾਰ ਉਹ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਸਿੱਖ ਧਰਮ ਦੇ ਵਿੱਚ ਲੰਗਰ ਵਰਤਾਇਆ ਜਾ ਰਿਹਾ ਔਰ ਬਾਕੀ ਵੀ ਜੋ ਇਸ ਚੀਜ਼ ਨੂੰ ਪਰਫੁੱਲਤ ਕਰਦੇ ਨੇ ਇਵਨ ਕਿ ਕ੍ਰਿਸਚਨ ਵੀ ਬਹੁਤ ਇਹ ਚੀਜ਼ਾਂ ਨੂੰ ਕਰਦੇ ਨੇ ਹੁਣ ਜੇ ਤੁਸੀਂ ਸੋਚੋਗੇ ਕਿ ਮੈਂ ਕ੍ਰਿਸਟਨਾ ਦੀ ਇੰਨੀ ਤਾਰੀਫ ਕਿਉਂ ਕਰ ਰਹੀ ਹਾਂ ਤੇ ਉਹਦਾ ਕਾਰਨ ਇਹ ਹੈ ਕਿ ਜਿਵੇਂ ਅਸੀਂ Hindu ਜਾਂ ਅਸੀਂ ਸਿੱਖ ਆਪਣੀ ਮਜ਼ਬ ਦੇ ਨਾਲ ਪਿਆਰ ਕਰਦੇ ਹਾਂ ਆਪਣੇ ਧਰਮ ਦੇ ਨਾਲ ਪਿਆਰ ਕਰਦੇ ਹਾਂ ਇਸੇ ਤਰ੍ਹਾਂ ਹੀ ਜਿਹੜੇ 크੍ਰਿਸਚਨ ਨੇ ਉਹਨਾਂ ਦਾ ਵੀ ਧਰਮ ਹੈਗਾ ਆ ਜਿਹਦੇ ਨਾਲ ਸਾਨੂੰ ਵੀ ਰਿਸਪੈਕਟ ਦੇ ਨਾਲ ਪੇਸ਼ ਆਉਣਾ ਚਾਹੀਦਾ ਆ ਬਟ ਜਿਹੜੀ ਗੱਲ ਤੁਸੀਂ ਉਹ ਲੋਕਾਂ ਦੀ ਕਰਦੇ ਹੋ ਉਹਦੇ ਨਾਲ ਤੁਸੀਂ 크੍ਰਿਸਚਨ ਧਰਮ ਨਾਲ ਆ ਉਹ ਜਿਸ ਧਰਮ ਦਾ ਪ੍ਰਚਾਰ ਮੋਦੀ ਕਰਨਾ ਚਾਹੁੰਦਾ ਆ Hindu ਧਰਮ ਨਾਲ ਆ ਉਹ ਤੇ ਜਿਸ ਤਰ੍ਹਾਂ ਦਾ ਪ੍ਰਚਾਰ ਸਾਡੇ ਪੰਜਾਬ ਦੇ ਵਿੱਚ ਸਿੱਖ ਧਰਮ ਲਈ ਹੋ ਰਿਆ ਲੋਕਾਂ ਦੀਆਂ ਗਾਟੀਆਂ ਲਾਹ ਲਾ ਕੇ ਤੇ ਉਹ ਵੀ ਪ੍ਰਚਾਰ ਕੋਈ ਸਿੱਖ ਤਨਮਦਾਨੀ ਹੈਗਾ ਹਰ ਧਰਮ ਸਾਨੂੰ ਬਹੁਤ ਹੀ ਸਲੀਕੇ ਦੇ ਨਾਲ ਰਹਿਣਾ ਸਿਖਾਉਂਦਾ ਹੈ ਸਾਡੇ ਜਿਹੜੇ ਦੇਵੀ ਦੇਵਤੇ ਹੋਏ ਆ ਜਾਂ ਸਾਡੇ ਜਿਹੜੇ ਗੁਰੂ ਪੀਰ پیغمبر ਹੋਏ ਆ ਵੀ ਉਹਨਾਂ ਨੇ ਇਹੋ ਜਿਹਾ ਕੁਝ ਨਹੀਂ ਕੀਤਾ ਹੈਗਾ ਕਿ ਜਿਹਦੇ ਚ ਸਾਨੂੰ ਲੱਗੇ ਲੋਕਾਂ ਦੇ ਗਾਟੇ ਲਾਤੇ ਆ ਜਿਹੜੇ ਜੁੱਧ ਹੋਏ ਆ ਉਹਨਾਂ ਚ ਸੂਰਮਿਆਂ ਨੇ ਜੁੱਧ ਕੀਤਾ ਆ ਜੁੱਧ ਵੀਰ ਹੋਏ ਆ ਪਰ ਸਾਡੇ ਧਰਮ ਨੂੰ ਲੈ ਕੇ ਸਾਡੇ ਤੇ ਜੱਟਾਂ ਦੇ ਗਾਣੇ ਬੜੇ ਇਦਾਂ ਦੇ ਛਲ ਪਏ ਨੇ ਔਰ ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਰੱਬ ਹੈਗਾ ਵਾ ਅਸੀਂ ਉਹਨਾਂ ਨੂੰ ਰੱਬ ਕਹਿਣ ਲੱਗ ਗਏ ਆ ਸਾਨੂੰ ਜੋ ਵੀ ਇਨਸਾਨ ਧਰਤੀ ਤੇ ਆਇਆ ਆ ਚਾਹੇ ਉਹ 크ਿਸਤਿਅਨ ਧਰਮ ਦੇ ਵਿੱਚ ਆਇਆ ਚਾਹੇ ਹਿੰਦੂ ਮੁਸਲਮ ਕਿਸੇ ਵੀ ਧਰਮ ਦੇ ਵਿੱਚ ਆਇਆ ਆ ਉਹਨਾਂ ਨੇ ਇਹ ਕਿਹਾ ਆ ਉਸ ਕੁਦਰਤ ਦੀ ਅਸੀਂ ਗੱਲ ਕਰ ਰਹੇ ਆ ਸਾਡੀ ਤਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹਦੇ ਵਿੱਚ ਇੰਨੇ ਸਾਰੇ ਭਗਤਾਂ ਦਾ ਜਿਹੜਾ ਬਾਣੀ ਨੂੰ ਲਿਆ ਗਿਆ ਆ ਉਹ ਹਰ ਭਗਤ ਨੇ ਇਹੀ ਲਿਖਿਆ ਹੈ ਭਈ ਉਹ ਉਹਦੀ ਗੱਲ ਕਰ ਰਹੇ ਹੋ ਔਰ ਉਹ ਕੌਣ ਹੈਗਾ ਆ ਪ੍ਰਮਾਤਮਾ ਤੁਹਾਨੂੰ ਪਤਾ ਆ ਤੇ ਫਿਰ ਅਸੀਂ ਇੱਥੇ ਕਿਉਂ ਇਤਨਾ ਕਹਿ ਰਹੇ ਅਸੀਂ ਤੁਸੀਂ ਸਾਡਾ ਧਰਮ ਅਪਣਾਓ ਤੇ ਤੁਸੀਂ ਸਾਡਾ ਅਪਣਾਓ ਇਹ ਬਿਲਕੁਲ ਕੂੜ ਪ੍ਰਚਾਰ ਕਰ ਰਹੇ ਆ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਅਗਰ ਪ੍ਰਚਾਰ ਕਰੇਗਾ ਧਰਮ ਦਾ ਤਾਂ ਤੁਸੀਂ ਸੋਚੋ ਚੰਗਾ ਲੱਗਦਾ ਔਰ ਉਹ ਬਾਬਿਆਂ ਵਾਲਿਆਂ ਜਿਹੜੇ ਫਰਾਕਾਂ ਵਾਲੇ ਬਾਬਿਆਂ ਦੀ ਉਹ ਕੰਦੇ ਕਿ ਡਿਊਟੀ ਲਗਾ ਕੇ ਰੱਖੀ ਉਹਨੇ ਕੰਨੀਆਂ ਨਿਆ ਸੰਕਤਾਂ ਲੋਏ ਭੇੜ ਬੱਕਰੀਆਂ ਬਣਾ ਰੇ ਨੇ ਇਹੋ ਜਿਹਾ ਕੋਈ ਹੈ ਹੀ ਨਹੀਂ ਸਲਿਕਾ ਕਿ ਤੁਸੀਂ ਦੁਨੀਆ ਨੂੰ ਗੁੰਮਰਾਹ ਕਰੋ ਤੁਸੀਂ ਦੇਖਿਆ ਹੋਣਾ ਕਿ ਹਿੰਦੂ ਧਰਮ ਦੇ ਵਿੱਚ ਵੀ ਕੁਝ ਬਹੁਤ ਅੱਛੇ ਸਾਧੂ ਸੰਤ ਹੈਗੇ ਨੇ ਤੁਸੀਂ ਅਗਰ ਸਿੱਖ ਬਣ ਕੇ ਉਹਨਾਂ ਦੇ ਦਰਸ਼ਨ ਕਰਨ ਜਾਂਦੇ ਹੋ ਤੇ ਮੈਂ ਨਾਮ ਨਹੀਂ ਲਵਾਂਗੀ ਬਟ ਉਹ ਬੜੇ ਸੁਨਿੱਕੇ ਨਾਲ ਪੇਸ਼ ਹੁੰਦੇ ਤੁਹਾਨੂੰ ਤੁਹਾਡੇ ਗੁਰੂ ਦਾ ਹੀ ਕੁਝ ਯਾਦ ਕਰਵਾ ਦਿੰਦੇ ਨੇ ਜਿਸ ਨੂੰ ਜੋ ਹੋ ਫੋ ਸਕਦਾ ਹੈ ਉਸ ਟੈਂ ਤੁਹਾਨੂੰ ਇਹਨਾਂ ਯਾਦ ਹੋਵੇ ਤੇ ਤੁਹਾਨੂੰ ਅੱਛੇ ਤਰੀਕੇ ਦੇ ਨਾਲ ਤੁਹਾਡੇ ਗੁਰੂ ਦੇ ਨਾਲ ਮਲਾਪ ਕਰਾਉਂਦੇ ਨੇ ਇਹ ਹੁੰਦੇ ਆ ਸਾਧੂ ਸੰਤ ਤੇ ਜਿਹੜੇ ਸਾਡੇ ਸਿੱਖ ਧਰਮ ਦੇ ਵਿੱਚ ਮਹਾਪੁਰਸ਼ ਹੋਏ ਆ ਮੈਂ ਉਹਨਾਂ ਬਾਰੇ ਆਪ ਜਾਣਦੀ ਆਂ ਵੀ ਉਹ ਵੀ ਅਗਰ ਕਿਸੇ ਵੀ ਧਰਮ ਦਾ ਕੋਈ ਹੁੰਦਾ ਆ ਪਹਿਲੀ ਗੱਲ ਤੋਂ ਆਪ ਹੀ ਨਹੀਂ ਕਿਸੇ ਧਰਮ ਦੇ ਵਿੱਚ ਹੁੰਦੇ ਜਿਹੜੇ ਧਰਮ ਦੇ ਵਿੱਚ ਜਨਮ ਲਿਆ ਹੈ ਜਿਸ ਜਿਸ ਤਰ੍ਹਾਂ ਦੀ ਸੋਸਾਇਟੀ ਜਨਮ ਲਿਆ ਸਾਨੂੰ ਉਸ ਤਰ੍ਹਾਂ ਦੇ ਬਣਨਾ ਹੀ ਚਾਹੀਦਾ ਆ ਜ਼ਰੂਰ ਜੇ ਮੈਂ ਅੱਜ ਅਗਰ ਅਮਰਤ ਸ਼ਕਿਆ ਹੋਇਆ ਤੇ ਉਹ ਵੀ ਇਸ ਮੇਰੇ ਬੱਚੇ ਵੀ ਸ਼ਕਣਗੇ ਪਰ ਜੇ ਇਹ ਅਸੀਂ ਕਿਤੇ ਜਾਤ ਕੇ ਇਹ ਚੀਜ਼ ਨੂੰ ਖਤਮ ਕਰਦੇ ਆ ਤੇ ਅਸੀਂ ਆਪ ਹੀ ਕਰਦੇ ਆ ਇਸ ਕਰਕੇ ਜੇ ਤੁਸੀਂ ਸੋਚੋ ਕਿ ਹੁਣ ਤਾਂ ਪੰਜਾਬ ਦੇ ਵਿੱਚ ਜਿਹੜਾ ਅਸੀਂ ਆਪਣੇ ਧਰਮ ਨੂੰ ਲੈ ਕੇ ਗੱਲ ਕਰੀਏ ਤੇ ਸਾਰੇ ਇਹੋ ਹੀ ਹੈਗਾ ਵੀ ਸਾਡੇ ਬੱਚੇ ਮੋਨੇ ਹੋ ਕੇ ਸਾਡੇ ਬੱਚੇ ਮੋਨੇ ਮਰ ਮੋਨੇ ਕਿਉਂ ਹੋ ਗਏ ਤੁਸੀਂ ਆਪ ਕੀਤੀ ਆ ਠੀਕ ਹੈ ਹੁਣ ਤੁਸੀਂ ਬੱਚਿਆਂ ਤੋਂ ਐਕਸਪੈਕਟ ਕਰਦੇ ਹੋ ਵੀ ਉਹ ਸਿੱਖ ਬਣ ਜਾਣ ਠੀਕ ਹੈ ਜੇ ਤੁਸੀਂ ਮੋਨੇ ਕੀਤੇ ਸੀ ਫਿਰ ਹਿੰਦੂ ਧਰਮ ਦੇ ਵਿੱਚ ਵੀ ਲਾ ਦਿੰਦੇ ਕਮ ਸੇ ਕਮ ਧਰਮੀ ਦਾ ਬਣੇ ਰਹਿੰਦੇ ਪਰ ਨਹੀਂ ਤੁਸੀਂ ਇਹ ਤਾਂ ਗੱਲ ਕਰਨੀ ਨਹੀਂ ਤੁਸੀਂ ਤਾਂ ਵੱਡੀਆਂ ਪਾਣੀਆਂ ਸੀ ਲੜਾਈ ਕਰਨੀ ਸੀ ਰਹੀਏ ਅਸੀਂ ਸਿੱਖ ਤੇ ਸ਼ਕਲ ਸਾਨੂੰ ਹਿੰਦੂਆਂ ਦੀ ਚੰਗੀ ਲੱਗਦੀ ਹੈ ਐਦਾਂ ਕੁਝ ਨਹੀਂ ਹੁੰਦਾ ਸ਼ਕਲਾਂ ਪਰਮਾਤਮਾ ਨੇ ਬਣਾਈਆਂ ਇਹਨੂੰ ਜਿੱਦਾਂ ਦਾ ਤੁਸੀਂ ਸਵਾਰਨਾ ਚਾਹੁੰਦੇ ਹੋ ਸਵਾਰ ਸਕਦੇ ਹੋ ਲੜਾਈਆਂ ਝਗੜਿਆਂ ਦੇ ਵਿੱਚ ਕਿਸੇ ਧਰਮ ਦਾ ਕੁਝ ਨਹੀਂ ਰੱਖਿਆ ਹੋਇਆ ਔਰ ਇਹ ਸਾਰੇ ਗਦਾਰ ਹੈਗੇ ਆ ਜਿਹੜੇ ਧਰਮਾਂ ਦੇ ਪ੍ਰਚਾਰ ਬਹੁਤ ਉਲਟੇ ਤਰੀਕੇ ਨਾਲ ਕਰਦੇ ਆ ਕਿਉਂਕਿ ਧਰਮ ਦੇ ਵਿੱਚ ਕਿਸੇ ਨੂੰ ਲੈ ਕੇ ਆਉਣਾ ਲਾਲਚ ਨਹੀਂ ਹੁੰਦਾ ਧਰਮ ਦੀ ਆਪਣੇ ਧਰਮ ਦੀ ਤੁਸੀਂ ਸਿਫਤ ਕਰ ਸਕਦੇ ਹੋ ਅਗਲੇ ਦੇ ਧਰਮ ਦੀ ਸਿਫਤ ਤੁਸੀਂ ਸੁਣ ਸਕਦੇ ਹੋ ਤੇ ਤੁਸੀਂ ਫੈਸਲਾ ਕਰ ਸਕਦੇ ਹੋ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਮੇਰੀ ਕਿਤੇ ਆਤਮਾ ਆਪਣੇ ਧਰਮ ਨਾਲ ਸੰਤੁਸ਼ਟ ਨਹੀਂ ਦੂਜੇ ਦੇ ਨਾਲ ਹੈਗੀ ਹੈ ਤੇ ਤੁਸੀਂ ਉੱਧਰ ਜਾ ਕੇ ਦੇਖ ਸਕਦੇ ਹੋ ਪਰ ਕਹਿੰਦੇ ਨੇ ਨਾ ਵੀ ਜੇ ਆਪਣੀ ਮਾਂ ਨਾਲ ਜਿਹੜਾ ਜ ਆਪਣੇ ਪਿਓ ਨਾਲ ਪਿਆਰ ਕੀਤਾ ਤੁਹਾਨੂੰ ਰਸ ਨਹੀਂ ਆਇਆ ਤੇ ਤੁਹਾਨੂੰ ਲੱਗਦਾ ਹੈ ਕਿ ਇਹ ਦੂਜੀ ਦਾ ਜ਼ਿਆਦਾ ਵਧੀਆ ਲੱਗ ਰਿਹਾ ਆ ਤੇ ਕਈ ਵਾਰੀ ਕਿਸੇ ਨੂੰ ਚਲੋ ਰਸ ਵੀ ਆ ਜਾਂਦਾ ਦੂਸਰੀ ਦਾ ਤੇ ਵੈਸੇ ਬਹੁਤ ਹੀ ਵਧੀਆ ਗੱਲ ਨਹੀਂ ਹੈਗੀ ਇਹ ਤੇ ਧਰਮਾਂ ਦਾ ਜਿਹੜਾ ਸਤਕਾਰ ਆ ਉਹੀ ਖੁੱਲ ਮਿਲਾ ਕੇ ਕਰਨਾ ਚਾਹੀਦਾ ਇਹੋ ਜਿਹੇ ਬਾਬਿਆਂ ਨੂੰ ਠੋਡ ਮਾਰ ਕੇ ਭਜਾਉਣਾ ਚਾਹੀਦਾ ਆ ਅਸੀਂ ਬਾਹਰ ਦੀ ਗੱਲ ਕਰਦੇ ਰਹਿੰਦੇ ਆ ਵੀ ਹਾਂ ਵੀ ਇਹ ਹਿੰਦੂ ਧਰਮ ਦਾ ਪ੍ਰਚਾਰ ਕਰਦੇ ਆ ਪੰਜਾਬ ਦੇ ਵਿੱਚ ਕਿਹੜਾ ਸ਼ਹਿਰ ਹੈਗਾ ਜਿਹਦੇ ਵਿੱਚ ਕੂੜ ਪ੍ਰਚਾਰ ਨਹੀਂ ਹੈਗਾ ਸਭ ਕੂੜ ਦਾ ਪ੍ਰਚਾਰ ਹੈਗਾ ਆ ਬਾਣੀ ਪਾ ਕੇ ਆਪਣੇ ਆਪ ਨੂੰ ਕਹਿੰਦੇ ਅਸੀਂ ਆ ਆ ਇੰਨੇ ਨੇ ਬੱਕਰੇ ਖਾਂਦੇ ਆ ਕੋਈ ਉਹਨਾਂ ਦਾ ਕੋਈ ਹੈਗੀ ਰਹਿਤ ਮਰਿਆਦਾ ਫਿਰ ਜੇ ਅਸੀਂ ਫੋਨ ਤੇ ਜਾਂ ਗੱਲ ਕਰਦੇ ਕਿਸੇ ਵੀ ਵੀਡੀਓ ਦੇ ਵਿੱਚ ਤੇ ਕਹਿ ਦਿੰਦੇ ਹਾਂ ਚਲੋ ਜੀ ਤੁਸੀਂ ਤਾਂ ਮਾਸ ਮਾਸ ਕਰਕੇ ਜਿਹੜਾ ਲੜਾਈ ਜਾ ਰਹੇ ਹੋ ਇਹ ਬਹੁਤ ਡੁੰਗੀਆਂ ਗੱਲਾਂ ਹੈਗੀਆਂ ਜੜੀਆਂ ਇਹਨਾਂ ਦੇ ਸਮਝ ਵਿੱਚ ਨਹੀਂ ਆਉਣ ਵਾਲੀਆਂ ਹੈਗੀਆਂ ਉਹ ਪਰਮਾਤਮਾ ਮੀਰ ਕਰੀ ਨਾ ਦੇ ਉੱਪਰ ਸੋ ਜੀ ਧਰਮਾਂ ਦੀਆਂ ਗੱਲਾਂ ਤੋਂ ਪਹਿਲਾਂ ਨਿਕਲੀ ਹੈ